ਚੱਲ ਆ ਨੀ ਨਵਾਲਾਂ ਤੈਨੂੰ, ਬਥੇਰਾ ਖੇਡ ਲਿਆ ਹੁਣ, ਵੇਖ ਕਿੱਦਾਂ ਲਿਬੜੀ ਆ। ਚੱਲ ਪਾਲੀ, ਅੱਜ ਮਿਸਤਰੀ ਆਉਣੇ ਗਟਰ ਪੁੱਟਣ, ਤੇ ਉਹਨਾਂ ਦੀ ਰੋਟੀ ਪਾਣੀ ਬਣਾ ਲਈ, ਉਹਨਾਂ ਰੋਟੀ ਖਾਣੀ ਦੁਪਹਿਰ ਦੀ। ਮੰਮੀ ਮੈਂ ਤਾਂ ਸਵੇਰ ਦਾ ਕੰਮ ਕਰਨ ਡਈ, ਹੁਣੇ ਅਜੇ ਵਿਹਲੀ ਹੋਈ ਆ, ਤੇ ਹੁਣ ਤੁਸੀਂ ਮਿਸਤਰੀਆਂ ਦੀ ਰੋਟੀ ਦਾ ਸੁਨੇਹਾ ਦੇਤਾ ਵਾ। ਤੂੰ ਉਹਨਾਂ ਰੋਟੀ ਤੇ ਖਾਣੀ ਆ ਨਾ ਬੁਰਕੀ, ਤੇ ਚੱਲ ਫਿਰ ਮੈਨੂੰ ਸਬਜ਼ੀ ਲਿਆ ਦੋ। ਸਬਜ਼ੀ ਐਡੀ ਮਹਿੰਗੀ ਕੀ ਕਰਨੀ ਆ, ਅੱਗ ਦੇ ਭਾਅ ਸਬਜ਼ੀ ਵਿਕਣ ਡਈ ਐ, ਤੇ ਉੱਥੇ ਦਾਲ ਦੂਲ ਬਣਾ ਲਾ ਮਾਸਾ। ਤੇ ਫਿਰ ਮੈਨੂੰ ਨਵਾਲਣ ਲੱਗੀ ਆ, ਏਦਾਂ ਕਰੋ ਤੁਸੀਂ ਦਾਲ ਚੜਾ ਦਿਓ ਉੱਤੇ। ਮੈਂ ਚੱਲੀ ਆ ਵਾਂਡੇ, ਮੈਂ ਆਪਣੀ ਭੈਣ ਕੋਲ ਚੱਲੀ ਆ, ਤੇ ਉਧਰ ਦਾਲ ਸਬਜ਼ੀ ਬਣਾ ਲੈ। ਵੇਖਾ ਮਿਸਤਰੀਆਂ ਦਾ ਸੁਣ ਕੇ ਭੈਣ ਦਾ ਚੇਤਾ ਆ ਗਿਆ ਹੋਣਾ, ਇੱਕ ਤੇ ਇਹਦੀ ਆਓ ਜਾਈ ਨੇ ਮੈਨੂੰ ਖਾ ਲਿਆ, ਇਹਦਾ ਕੁਛ ਨਾ ਕੁਛ ਕਰਨਾ ਹੀ ਪੈਣਾ। ਚੱਲਦੀ ਕਿੱਦਾਂ ਤੂੰ ਡਿੱਬਣੀ ਸਾਰੀ, ਸਾਰੇ ਪੁਆੜੇ ਮੇਰੇ ਵਾਸਤੇ ਹੀ ਆ। ਕਿੱਦਾਂ ਇਹਦੀ ਲੁਤਰੀ ਚੱਲਦੀ ਹੈ, ਅੱਗੋਂ ਆਉਂਦੀ ਹੈ ਤੁਸੀਂ ਬਣਾ ਲਓ। ਦੱਸ ਤੈਨੂੰ ਮੈਂ ਕਾਹਦੇ ਵਾਸਤੇ ਲਿਆਂਦਾ, ਜੇ ਮੈਂ ਹੀ ਦਾਲ ਸਬਜ਼ੀ ਬਣਾਉਣੀ ਹੈ ਤਾਂ ਤੂੰ ਚੰਗਾ ਉੱਥੇ ਚੁੱਲ੍ਹੇ 'ਤੇ ਅੱਗ ਬਾਲਣੀ ਹੈ, ਵੀ ਜਿਹੜੀ ਤੂੰ ਚੁੱਲ੍ਹੇ 'ਤੇ ਥੱਕ ਜਾਂਦੀ ਹੈ ਬਣਾਉਣੀ ਤਾਂ ਗੈਸ 'ਤੇ ਹੀ ਹੈ, ਗੈਸ 'ਤੇ ਬਣਾਉਂਦੀ ਤੂੰ ਥੱਕ ਜਾਂਦੀ ਹੈ। ਐਡੀ ਤੈਨੂੰ ਮੈਂ ਸਿਰ 'ਤੇ ਹੁਣ ਇਹ ਚੜਾ ਲਾਂ, ਤੇਰੇ ਕਹਿਣ 'ਤੇ ਮੈਂ ਕਿਤੇ ਜਾਵਾਂ ਤਾਂ ਤੇਰੇ ਕਹਿਣ 'ਤੇ ਨਾ ਜਾਵਾਂ, ਮੈਂ ਤਾਂ ਚੱਲੀ ਆਪਣੀ ਭੈਣ ਕੋਲ, ਆਪੇ ਕਰੇਂਗੀ ਨਾ। ਨੀ ਰੁਕ ਜਾ, ਮੈਨੂੰ ਨਹਾ ਲੈਂਦੇ ਪਹਿਲਾਂ, ਕੁੜੀ ਨੂੰ ਬਾਅਦ 'ਚ ਨਵਾ ਲਈ, ਮੈਂ ਤਾਂ ਜਾਣਾ ਵਾ। ਕੀ ਵੇਖਦੀ ਹੈ ਮੇਰੇ ਵੱਲ, ਦੇਲੇ ਕੱਢ ਕੱਢ ਕੇ ਵੇਖ ਕਿੱਡੀ ਕਾਹਲੀ ਪਈ ਇਹਨੂੰ, ਕਿਤੇ 5 ਮਿੰਟ ਕੁੜੀ ਵੀ ਨਹੀਂ ਨਵਾ ਲੈਣ ਦਿੱਤੀ, ਮੈਨੂੰ ਨਹਾ ਲੈਂਦੇ ਅਖੇ ਪਹਿਲਾਂ, ਘਰ ਮਿਸਤਰੀ ਆਉਣੇ ਆ ਅਤੇ ਮੈਨੂੰ ਇੱਥੇ ਛੱਡ ਕੇ ਅਤੇ ਆਪ ਨਿਕਲ ਚੱਲੀ ਆ, ਇਹ ਕਿੱਧਰ ਦੀ ਸਿਆਣੀ ਆ ਭਲੇ। ਭੈਣ ਦੇ ਪਿੰਡ ਨੂੰ ਜਿੱਤਾਂ ਮੁੜ ਕੇ ਦੂਜੀ ਕੋਈ ਬੱਸ ਨਹੀਂ ਜਾਣੀ, ਉੱਥੇ ਕਿਹੜੀ ਵੀ ਇੱਕੋ ਬੱਸ ਜਾਂਦੀ ਹੈ, ਬਾਹਰ ਕਿਤੇ ਜਗ੍ਹਾ ਜਾਣੀਆਂ 'ਚ ਜਦੋਂ ਬਹਿੰਦੀ ਹੈ ਨਾ, ਉਹਦੇ 'ਤੇ ਕਹਿੰਦੀ ਬਸ ਮੈਂ ਹੀ ਸਿਆਣੀ ਹਾਂ, ਇੱਦਾਂ ਦੀ ਕਹਿੰਦੀ ਆ, ਕੋਈ ਦੱਸੇ ਤਾਂ ਫਿਰ ਪਤਾ ਲੱਗੇ। ਮੈਨੂੰ ਪਤਾ ਉੱਥੇ ਕਿਉਂ ਚੱਲੀ ਆ, ਸਭ ਜਾਣਨੀ ਮੈਂ ਜਿਹੜੀਆਂ ਦੇ ਢਿੱਡ 'ਚ ਗੁੱਫਲ ਦੇ ਕੇ ਆਊਗੀ ਨਾ ਉੱਥੇ, ਹੁਣ ਭੈਣ ਦੀਆਂ ਮੁੱਠਾਂ ਦੇ ਵਿੱਚ ਆਪ ਤਾਂ ਜਦੋਂ ਮੈਂ ਕਿਤੇ ਜਾਂਦੀ ਹਾਂ ਤਾਂ ਰੁਪਈਆ 100 ਦੇ ਕੇ ਵੀ ਉਹਦਾ ਹਿਸਾਬ ਕਿਤਾਬ ਪੁੱਛਦੀ ਆ, ਇਹਨੂੰ ਕਿਹੜਾ ਕਿਸੇ ਨੇ ਹਿਸਾਬ ਪੁੱਛਣਾ ਵਾ। ਇਹਦੇ ਟਿਣਿਆ ਪਿੱਛੇ ਵਿੱਚ ਤੂੰ ਕਰਦੀ ਫਿਰਦੀ ਹੈ ਨਾ, ਭੈਣ ਦੇ ਘਰ ਪੂਰਦੀ ਫਿਰਦੀ ਹਾਂ, ਸਾਰਾ ਪਤਾ ਮੈਨੂੰ। ਮੰਮੀ ਮੈਨੂੰ ਨਾ ਫੋਨ ਆਇਆ ਵਾ ਰਾਜ ਆਂਟੀ ਦਾ, ਉਹਨਾਂ ਨੇ ਨਾ ਥੋੜੇ ਜਿਹੇ ਵੱਡੇ ਕੱਪੜੇ ਧੋਣੇ, ਕੰਬਲ ਕੁੰਬਲ, ਤੇ ਮੈਂ ਵੀ ਉਹਨਾਂ ਨਾਲ ਧੋਆ ਵਾ, ਨਾਲੇ ਕੰਮ ਕਰਕੇ ਆ ਜਾਊਂਗੀ, ਤੇ ਨਿਆਣੇ ਅੱਜ ਘਰੇ ਹੀ ਹੋ, ਤੇ ਧਿਆਨ ਰੱਖੀ ਕਿਤੇ ਲੜਨ ਨਾ। ਚੰਗਾ ਠੀਕ ਆ ਨਾ, ਜਾ ਕੋਈ ਗੱਲ ਨਹੀਂ, ਇਹ ਗਵਾਂਢੀਆਂ ਦੇ ਮੁੰਡੇ ਨਾਲ ਲੜਦਾ ਹੁੰਦਾ ਈ, ਧਿਆਨ ਰੱਖਾਂਗੀ ਮੈਂ, ਕੋਈ ਗੱਲ ਨਹੀਂ, ਜਾਤੀ ਏ ਆਹ ਜਰਾ ਕੋ ਬਾਹਰ ਨਿਕਲ ਕੇ ਤੇ ਫੇਰਾ ਮਾਰ, ਕੋਈ ਗੱਲ ਨਹੀਂ ਮੈਂ ਮਾਰੂੰਗੀ ਫੇਰਾ, ਜਾ ਚੰਗਾ, ਉਹਨ ਤੇ ਸ਼ਰਮ ਨਹੀਂ ਤੇ ਤੂੰ ਕਰਦੀ ਏ ਕੀ ਕਰਨਾ, ਚਲ ਰੱਬ ਨੇ ਨੂੰਹ ਚੰਗੀ ਦਿੱਤੀ ਏ ਵਿਚਾਰੀ ਕਰਦੀ ਏ ਕੰਮ ਧੰਦਾ, ਤੇ ਚਲੋ ਆਪਣੇ ਬੱਚੇ ਪਾਲਣ ਡਈ ਏ, ਮੈਨੂੰ ਸੌਖੀ ਆ ਮੈਂ, ਚਲੋ ਮੁੰਡੇ ਨੂੰ ਤੇ ਲੱਥੀ ਚੜੀ ਨਹੀਂ, ਕੋਈ ਪਤਾ ਹੀ ਨਹੀਂ ਵੀ ਕੀ ਕਰਨਾ ਕੀ ਨਹੀਂ, ਉਹਨੂੰ ਤੇ ਡੱਫਣਾ ਹੀ ਵਾਸਤਾ ਵਾ, ਕੀ ਕਰਨਾ।
ਕਿੱਡਾ ਪਖੰਡ ਪੜਿਆ। ਸਵੇਰ ਦਾ ਕੰਮ ਕਰਕੇ ਅਜੇ ਵਿਹਲੀ ਹੋਈ ਆ ਤੇ ਮਗਰੇ ਸੁਨਾਹ ਦੇ ਦਿੱਤਾ ਵਾ। ਮਿਸਤਰੀ ਵੇਖ ਕੇ ਚਲ ਗਈ ਹੁਣੀ ਵਾਂਢੇ ਵੀ ਮੈਂ ਕੰਮ ਤੋਂ ਬਚੀ ਰਵਾਂ, ਇਹਨੂੰ ਫਾਹੇ ਦੇ ਜਾ। ਉਦਾਂ ਭਾਵੇਂ ਨਾ ਹੀ ਜਾਂਦੀ, ਕੰਮ ਤੋਂ ਤੇ ਇੰਨੀ ਚਾਲੂ ਆ ਨਾ। ਹਾਥੀ ਹੋਈ ਮੈਂ ਠੇਕਾ ਲਿਆ ਸਾਰੇ ਘਰ ਦਾ, ਗਲਾਮਖਾਨਾ ਕਰਦੀ ਫਿਰਾਂ। ਚੰਗੀ ਭਲੀ ਲੱਗੋ ਸਾਰਾ ਕੰਮ ਕਰਾਉਣ ਜੋਗੀ ਆ। ਜਦੋਂ ਪਤਾ ਮਿਸਤਰੀ ਆਉਣੇ ਆ ਤੇ ਇੱਕ ਦਿਨ ਬਾਅਦ 'ਚ ਚੱਲ ਜਾਂਦੀ ਭੈਣ ਦੇ ਕੋਲ। ਭੈਣ ਦਾ ਕਿਹੜਾ ਹੇਰਵਾ ਚੜਿਆ ਸੀ, ਬਾਹਾਂ ਆਕੜੀਆਂ ਤੇ ਜੇ ਕੁ ਦਿਨ ਉੱਥੇ। ਪਰ ਨਾ, ਗੱਲ ਤਾਂ ਸਾਰੀ ਕੰਮ ਦੀ ਆ ਨਾ। 36 ਕੁ ਰਿਸ਼ਤੇਦਾਰੀਆਂ ਵਾ, ਕਦੀ ਕਿਸੇ ਭੈਣ ਭਰਾ ਕੋ ਤੁਰ ਪੈਂਦੀ, ਕਦੀ ਕਿਸੇ ਭੈਣ ਭਰਾ ਕੋ। ਜਾਂ ਤਾਂ ਉਹਨਾਂ ਦੀ ਵਾਰੀ ਚੜੀ ਰਹਿੰਦੀ ਇੱਥੇ ਆਉਣ ਦੀ, ਅਤੇ ਜਾਂ ਫਿਰ ਇਹਦਾ ਜੀ ਨਹੀਂ ਲੱਗਦਾ। ਜੇ ਕਹੋ ਤਾਂ ਫਿਰ ਬੋਲਦੀ, ਫਿਰ ਮੈਂ ਮਾੜੀ ਹਾਂ। ਮਹਾਂ ਕਜੇ ਇਹਦਾ ਫੇਰਾ ਤੁਰਾ ਹੀ ਨਹੀਂ ਮੁੱਕਦਾ। ਮੈਂ ਕਿਤੇ ਆਪਣੇ ਪੇਕਿਆਂ ਦਾ ਨਾਂ ਲੈ ਲਾ ਨਾ ਤੇ ਗਾਸ਼ੀ ਪੈ ਜਾਂਦੀ ਇਹਨੂੰ ਨਾਲ ਹੀ। ਮੇਰੀ ਤੇ ਭੈਣ ਆ ਗਈ ਆ, ਹੁਣ ਮੈਂ ਮੇਰੀ ਭੈਣ ਦਾ ਟਾਈਮ ਲੱਗਣਾ ਮੇਰਾ। ਹੋਰ ਸੁਣਾਓ? ਹੋਰ ਠੀਕ ਆ, ਵਧੀਆ। ਹੋਰ ਪਰਿਵਾਰ ਦਾ? ਪਰਿਵਾਰ ਵੀ ਠੀਕ ਜੇ, ਠੀਕ ਹੀ ਚਾਹੀਦਾ। ਤੇਰਾ ਹੀ ਉਹ 5 ਤੇ ਮੇਰਾ ਹੀ 10, ਠੀਕ ਆ? ਓਕੇ, ਡੀਲ ਡਨ। ਚੱਲ ਗੜੈ ਗੜੈ ਗੜਪ, 15 ਕਿਸੇ ਦਾ ਨਹੀਂ ਆਇਆ। ਗੜੈ ਗੜੈ ਗੜਪ, ਮੈਂ ਗਿਆ। ਚੱਲ ਚਪੇੜਾ ਮਾਰਨੀ ਆ ਮੈਂ। ਪਾਣੀ ਪੂਣੀ ਨਹੀਂ? ਪਾਣੀ ਮੈਂ ਭੈਣ ਜੀ ਪੀ ਕੇ ਆਈ ਆ, ਬਾਹਰ ਬੜੇ ਲੰਗਰ ਲੱਗੇ ਰਾਹ ਚ, ਪਾਣੀ ਪੀ ਕੇ ਲੰਗਰ ਛਕ ਕੇ ਫੇਰ ਮਾਈਏ ਬਹਿ ਜਾ, ਤੂੰ ਗੱਲਾਂ ਕਰੀਏ ਦੋਵੇਂ ਭੈਣਾਂ। ਕਰਨ ਮਾਸੀ ਆਈ ਹੋ, ਚੀਜ਼ੀ ਲੈ ਕੇ ਆਈ ਹੋ, ਆਊਗੀ। ਮਾਸੀ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬੇਟਾ ਜੀ, ਹੋਰ ਸੁਣਾਓ ਪੁੱਤਰ ਜੀ? ਮੈਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਖਾ ਲਓ ਪੁੱਤ, ਚੀਜ਼ੀ ਖਾ ਲਓ ਤੁਸੀਂ। ਚਲਾਇਓ ਚੱਲੀ ਚੱਲ। ਭੈਣ ਮਨਪ੍ਰੀਤ ਕਿੱਥੇ ਆ? ਮਨਪ੍ਰੀਤ ਗਈ ਜੇ ਕੰਮ ਤੇ। ਕਿਸੇ ਪੱਕੇ ਕੰਮ ਤੇ ਲੱਗ ਗਈ ਹੈ? ਨਹੀਂ, ਇੱਦਾਂ ਹੀ ਕਿਸੇ ਦੇ ਜਿੱਥੇ ਕੋਈ ਮਿਲਦਾ ਕਰ ਲੈਂਦੀ ਹੈ, ਸੱਦਦਾ ਚੱਲ ਜਾਂਦੀ ਹੈ, ਕਰ ਆਉਂਦੀ ਹੈ, ਟਾਈਮ ਤੇ ਪੂਰਾ ਕਰਨਾ ਹੀ ਹੈ। ਤੇ ਇਹ ਮੁੰਡਾ? ਮੁੰਡਾ ਸਾਰਾ ਦਿਨ ਇੱਦਾਂ ਹੀ ਸ਼ਰਾਬ ਪੀ ਲਈ ਤੇ ਫਿਰ ਲਿਆ, ਜੇ ਘਰ ਆਇਆ ਤੇ ਜੁੱਤੀ ਖੋਸਲਾ ਮਾਸਾ। ਨਹੀਂ, ਇਹਨੂੰ ਨਹੀਂ ਸ਼ਰਮ ਵੀ ਉਹ ਕੰਮ ਕਰਨ ਜਾਂਦੀ ਹੈ ਤੇ ਮੈਂ ਕੰਮ ਕਰਾਂ ਘਰ ਦੇ? ਭੈਣ, ਉਹ ਤੇ ਚੰਗੀ ਵਿਚਾਰੀ ਜਿਹੜੀ ਘਰ ਲੈ ਕੇ ਤੁਰ ਪਈ ਹੈ, ਉਹ ਨਾ ਹੁੰਦੀ ਤੇ ਮੇਰੇ ਤੇ ਜ਼ਿੰਦਗੀ ਖਰਾਬ ਸੀ। ਮੈਂ ਤੇ ਸ਼ੁਕਰ ਕਰਨੀ ਹੈ ਰੱਬ ਦਾ ਵੀ ਜਿਹੜੀ ਮੈਨੂੰ ਰੱਬ ਨੇ ਇਹਨੂੰ ਇੱਦਾਂ ਦੀ ਦਿੱਤੀ ਆ ਵੀ ਜਿਹੜੀ ਬੱਚਿਆਂ ਨੂੰ ਪਾਲਣ ਡਈ ਆ। ਨਹੀਂ, ਇਹਨੂੰ ਖੱਤੇ ਨੂੰ ਛਿੱਤਰ ਨਹੀਂ ਮਾਰਿਆ ਜਾਂਦਾ? ਇਹਨੂੰ ਛਿੱਤਰ ਫਿਰ ਕੇ ਲੱਤ ਤੋੜ ਕੇ ਤੇ ਅੰਦਰ ਪਾਣ ਨਹੀਂ? ਤੇਰਾ ਛਿੱਤਰ ਫੇਰਿਆ ਵਾ, ਛੱਡਦਾ ਹੀ ਨਹੀਂ, ਸ਼ਰਾਬ ਤੋਂ ਤੇ ਖਹਿੜਾ ਛੱਡਿਆ। ਨਹੀਂ, ਇਹਨੂੰ ਥੋੜੀ ਬਹੁਤੀ ਸ਼ਰਮ ਚਾਹੀਦੀ ਹੈ ਵੀ ਮੇਰੇ ਨਿੱਕੇ ਨਿੱਕੇ ਬੱਚੇ ਨੇ ਤੇ ਮੈਂ ਕਿਹੜੀ ਛੇਕੀ ਕਰਨ ਦਿਆ ਵਾ, ਇਹਨੂੰ ਸ਼ਰਮ ਨਹੀਂ ਆਉਂਦੀ ਮਾਸਾ ਵੀ? ਨਾ, ਸ਼ਰਮ ਹੋਏ ਤੇ ਇਹ ਕੰਮ ਹੋਏ ਕਿਉਂ? ਹੁਣ ਉਹ ਹੀ ਵਿਚਾਰੀ ਜਿਹੜਾ ਕੋਈ ਸੱਦਦਾ ਚੱਲ ਜਾਂਦੀ ਹੈ, ਘਰ ਆਉਂਦੀ ਹੈ, ਪੈਸਾ ਧੇਲਾ ਮਿਲ ਜਾਂਦਾ, ਟਾਈਮ ਪੂਰਾ ਕਰਨ ਦੇ। ਆ ਫਿਰ ਉਹਨੇ ਵਿਚਾਰੀ ਨੇ ਕੀ ਕਰਨਾ? ਫਿਰ ਵੀ ਭੈਣ ਆ ਉਹ ਚੰਗੀ ਆ। ਚੰਗੀ ਹੈ ਕਿ? ਚੰਗੀ ਹੈ, ਇਹਨੂੰ ਤਾਂ ਫਿਰ ਜੇ ਸ਼ਰਮ ਹੀ ਹੈ ਨਖੱਤੇ ਨੂੰ ਤੇ ਫਿਰ ਉਹਨੇ ਤਾਂ ਕੁਛ ਕਰਨੀ ਹੈ ਵਿਚਾਰੀ ਨੇ। ਹੋਰ ਕੋਈ ਹੁੰਦੀ ਨਾ ਤੇ ਹੁਣ ਛੱਡ ਕੇ ਤਾਂ ਤੁਰ ਜਾਂਦੀ,
ਫਿਰ ਵੀ ਉਹ ਚੰਗੀ ਉਹਦੀ ਬੜੀ ਬਹਾਦਰੀ ਹੈ ਜਿਹੜੀ ਨਿਆਣੇ ਲੈ ਕੇ ਤੇ ਬੈਠੀ ਹੈ ਆਪਣਾ ਘਰ ਤੋਰਿਆ ਉਹਨੇ ਬੜਾ ਕੇ ਬੜਾ ਮੇਰੀ ਵੀ ਜਾਣ ਸੌਖੀ ਹੈ ਨਹੀਂ ਤਾਂ ਮੈਂ ਵੀ ਔਖੀ ਹਾਂ ਮੈਂ ਤਾਂ ਨਹੀਂ ਆ ਪੁੱਤ ਹੋਏ ਏਕ ਤੇ ਹੋਏ ਨੇਕ ਤੇ ਨਹੀਂ ਤੇ ਰੱਬਾ ਦਈ ਨਾ ਨੀ ਸਿੰਮੂ ਚਾਹ ਬਣਾ ਕੇ ਲਿਆ ਮਾਸੀ ਵਾਸਤੇ ਹੈ ਗੁੱਡੀ ਨੂੰ ਹਟਾ ਲਿਆ ਵਾ ਇਹ ਨੀ ਜਾਂਦੀ ਸਕੂਲ ਇਹਨੂੰ ਹਟਾ ਲਿਆ ਵਾ ਮੁੰਡਾ ਜਾਂਦਾ ਵਾ ਤੇ ਉੱਥੇ ਕਹਿ ਕਹਾ ਕੇ ਤੇ ਚਲੋ ਫੀਸ ਕੱਟ ਕਰਵਾਈ ਆ ਉਹਨਾਂ ਨੂੰ ਤਰਲੇ ਮਿੰਤ ਕਰਕੇ ਨਹੀਂ ਖਰਚਾ ਵਾਰਾ ਖਾਂਦਾ ਫਿਰ ਇਹਨੂੰ ਵਿਚਾਰੀ ਨੂੰ ਦੱਸਿਆ ਤੇ ਨਹੀਂ ਵੀ ਅਸੀਂ ਤੈਨੂੰ ਹਟਾ ਲਿਆ ਵਾ ਪਰ ਹਟਾ ਲਿਆ ਸਕੂਲੋਂ ਹਾਏ ਹਾਏ ਕੁੜੀ ਨੂੰ ਅਨਪੜ੍ਹ ਹੀ ਰੱਖਣਾ ਏ ਕੱਲ੍ਹ ਨੂੰ ਇਹਦਾ ਤਾਂ ਵਿਆਹ ਵੀ ਨਹੀਂ ਹੋਣਾ ਅੱਜ ਕੱਲ੍ਹ ਤਾਂ ਨਪੜਾਂ ਨੂੰ ਭੈਣ ਕੋਈ ਪੁੱਛਦਾ ਵੀ ਨਹੀਂ ਭੈਣ ਗੱਲ ਤਾਂ ਤੇਰੀ ਠੀਕ ਆ ਵੀ ਪੜ੍ਹਿਆ ਲਿਖਿਆਂ ਦਾ ਜ਼ਮਾਨਾ ਵਾ ਜੀ ਤਾਂ ਸਾਡਾ ਵੀ ਕਰਦਾ ਵੀ ਪੜ੍ਹਾਈਏ ਕੁੜੀ ਹੁਸ਼ਿਆਰ ਵੀ ਬੜੀ ਹੈ ਪੜ੍ਹਾਈ 'ਚ ਪਰ ਹੁਣ ਢਿੱਡ ਭਰੀਏ ਕਿ ਚਾਹੇ ਇਹਨਾਂ ਦੀਆਂ ਸਕੂਲਾਂ ਦੀਆਂ ਫੀਸਾਂ ਤਾਰੀਏ ਹੁਣ ਹਾਲਾਤ ਹੀ ਇੱਦਾਂ ਦੇ ਘਰ ਦੇ ਹੋ ਗਏ ਆ ਹੁਣ ਨਾ ਹੀ ਫੀਸਾਂ ਭਰ ਸਕਦੇ ਤਾਂ ਕੀ ਕਰੀਏ ਕੁੜੀ ਦੇ ਕੱਪੜੇ ਦੇ ਨਾਲ ਥੋੜੇ ਜਿਹੇ ਮੁੰਡਿਆਂ ਦੇ ਦਿੱਤੇ ਇਹਨਾਂ ਨੇ ਮੈਂ ਆਂਦਾ ਸੀ ਪਾਪੂ ਲੈਣਗੇ ਨਿਆਣੇ ਚੱਲ ਕੋਈ ਖੜਾ ਤੇ ਆਪਾਂ ਲੈਣੇ ਪਰ ਮੈਂ ਤੇਰੇ ਸਕਦੇ ਕਿ ਝੂਟਾ ਲੈਣਾ ਈ ਠੀਕ ਆ ਉਹ ਕੱਲੇ ਕੱਲੇ ਖੇਡਣੇ ਯਾਰ ਮੈਨੂੰ ਚੱਲ ਆਇਆ ਖੇਡ ਲਾ ਚੱਲ ਫਿਰ ਖੇਡੀਏ ਪੁਸ਼ਕੀ ਮੇਰੇ ਫੁੱਟਬਾਲ ਨੂੰ ਹੱਥ ਲਾਇਆ ਹੋਇਆ ਯਾਰ ਮੈਂ ਖੇਡ ਕਿਉਂ ਨਹੀਂ ਸਕਦਾ ਤੇਰੇ ਫੁੱਟਬਾਲ ਨਾਲ ਕਿੰਨਾ ਮਹਿੰਗਾ ਆ ਆਪ ਤੂੰ 5 ਰੁਪਏ ਦੀ ਬੋਲ ਨਹੀਂ ਲਿਆਂਦੀ ਪਹਿਲਾਂ ਆਪਣੇ ਘਰੋਂ ਲੈ ਗਿਆ ਫਿਰ ਖੇਡਾਂਗੇ ਯਾਰ ਵੇਲੇ ਯਾਰੀ ਫਿਰ ਕਿਉਂ ਯਾਰ ਗਦਾਰੀ ਕਰਨੇ ਯਾਰੀ ਯਾਰ ਲੈ ਆ ਘਰੋਂ ਖੇਡ ਲੈਨੇ ਆ ਯਾਰ ਮੈਂ ਤਾਂ ਗਰੀਬ ਤੈਨੂੰ ਪਤਾ ਵਾ ਗਰੀਬ ਆ ਤਾਂ ਮੈਂ ਕੀ ਕਰਾਂ ਆਪਣੇ ਘਰੇ ਜਾ ਉੱਥੇ ਲਿਫਾਫੇ ਵਾਲਾ ਫੁੱਟਬਾਲ ਬਣਾ ਕੇ ਉਹਦੇ ਨਾਲ ਖੇਡ ਇਹ ਫੁੱਟਬਾਲ ਨਾਲ ਤੇਰੀ ਖੇਡਣ ਦੀ ਔਕਾਤ ਹੈ ਨਹੀਂ ਆ ਯਾਰ ਕੀ ਆ ਵੀ ਤੂੰ ਵੀ ਯਾਰੀ ਜਗਦਾਰੀ ਕਰ ਦਿੰਦੇ ਯਾਰ ਵਾਰੀ ਯਾਰ ਤੂੰ ਮੈਨੂੰ ਆਪਣਾ ਸਾਈਕਲ ਦੇ ਦੇ 2 ਮਿੰਟ ਲਈ ਨਾ ਭਰਾਵਾ ਮੈਂ ਨਹੀਂ ਤੈਨੂੰ ਸਾਈਕਲ ਦੇਣਾ ਮੇਰੀ ਮੰਮੀ ਨੇ ਗੁੱਸੇ ਹੋਣਾ ਵਾ ਤੋੜ ਦੂੰਗਾ ਆ ਜਾ ਓਏ ਅਸੀਂ ਦੋਵੇਂ ਖੇਡੀਏ ਫਿਰ ਉਹ ਮੈਂ ਨਹੀਂ ਤੇਰੇ ਨਾਲ ਖੇਡਣਾ ਖੁੱਣਾ ਮੈਂ ਤਾਂ ਉਹਨਾਂ ਨਾਲ ਖੇਡਣਾ ਹੀ ਹਾਂ ਯਾਰ ਕੀ ਮੇਰੇ ਨਾਲ ਤਾਂ ਫਿਰ ਕੋਈ ਵੀ ਨਹੀਂ ਖੇਡਦਾ ਤੇ ਕੋ ਕੁਛ ਹੈਗਾ ਜਿਹੜਾ ਤੇਰੇ ਨਾਲ ਖੇਡੀਏ ਅਸੀਂ ਕੀ ਗੱਲ ਹੋਈ ਆ
ਬੜਾ ਮੂੰਹ ਸੁੱਟਿਆ ਈ। ਕੀ ਹੋਇਆ ਮੇਰੇ ਪੁੱਤ ਨੂੰ? ਯਾਰ ਗਰੀਬੀ ਸਾਡੇ ਕੋਲੋਂ ਕਦੋਂ ਅਰਥ ਹੋ ਗਈ ਵੀ? ਸਾਰੇ ਮੇਰੇ ਯਾਰ ਮੈਨੂੰ ਗਰੀਬ ਗਰੀਬ ਵਗੈਰਾ ਕੇ ਚੜਾਉਂਦੇ, ਕਹਿੰਦੇ ਤੇਰੇ ਕੋਲ ਕੋਈ ਚੀਜ਼ ਹੈਗੀ ਨੀ, ਸਾਡੇ ਨਾਲ ਕਿਉਂ ਖੇਡਦਾ ਫਿਰ, ਜਾ ਘਰ। ਕੌਣ ਕਹਿੰਦਾ ਸੀ? ਮੇਰੇ ਯਾਰ ਕਹਿੰਦੇ ਆ, ਕਹਿੰਦੇ ਅਸੀਂ ਨੀ ਤੈਨੂੰ ਕੱਢਣਾ, ਤੂੰ ਗਰੀਬ ਬੜਾ ਵਾ, ਜਾ ਕਿ ਹੋਰ ਨਾ ਖੇਡ। ਕੋਈ ਨੀ, ਮੈਂ ਆਪਣੇ ਪੁੱਤ ਨੂੰ ਨਾ ਸੋਹਣੀਆਂ ਸੋਹਣੀਆਂ ਚੀਜ਼ਾਂ ਲੈ ਕੇ ਦਿੰਦੀ। ਉਹ ਤਾਂ ਜਾਣ ਕੇ ਪੁੱਤ ਤੈਨੂੰ ਚੜਾਉਂਦੇ ਆ, ਚੰਗਾ ਥੋੜੇ ਕੁ ਦੇਰ ਰੁਕ ਜਾ, ਪੈਸੇ ਮਿਲਦੇ ਤੇ ਮੈਂ ਤੈਨੂੰ ਜਿਹੜੀ ਚੀਜ਼ ਮੰਗੇਗਾ ਉਹ ਲਿਆਣ ਕੇ ਦਊਂਗੀ। ਪੱਕਾ ਦਊਗੇ ਨਾ ਲੈ ਕੇ? ਪੁੱਤ ਪੱਕਾ ਲਿਆਣ ਕੇ ਦਊਂਗੀ। ਇੱਧਰ ਆ ਮੇਰਾ ਪੁੱਤ, ਆ ਤੂੰ ਮੇਰਾ ਪੁੱਤ, ਤੂੰ ਗਰੀਬ ਥੋੜਾ ਵਾ, ਤੂੰ ਤੇ ਰਾਜਾ ਵਾ, ਰਾਜਾ ਠੀਕ ਆ। ਵੇਖੀ ਸਾਰੀ ਗਰੀਬੀ ਦੂਰ ਹੋ ਜਾਣੀ ਆ ਸਾਡੀ, ਚੰਗਾ ਤੂੰ ਵੱਡੇ ਹੋ ਕੇ ਬੜੀ ਕਮਾਈ ਕਰਨੀ ਆ। ਵੇਖੀ ਇਹਨਾਂ ਤੇਰੇ ਮਗਰ ਮਗਰ ਤੁਰੇ ਫਿਰਨਾ ਵਾ, ਚੰਗਾ ਜਿਹੜੇ ਤੈਨੂੰ ਅੱਜ ਮਖੌਲ ਕਰਦੇ ਆ ਨਾ, ਠੀਕ ਆ। ਆ ਸਭ ਕੁਛ ਲੈ ਕੇ ਦਾਂਗੇ ਪੁੱਤ ਨੂੰ। ਮੰਮਾ ਕਹਿੰਦੇ ਆ ਕਿ ਲੈ ਕੇ ਦੇਵਾਂਗੇ, ਪਰ ਉਹ ਤੋਂ ਬਾਅਦ ਲੈ ਕੇ ਨਹੀਂ ਦਿੰਦੇ। ਕੋਈ ਨੀ, ਮੰਮਾ ਨੂੰ ਪੈਸੇ ਮਿਲਣਗੇ ਨਾ, ਪਹਿਲਾਂ ਤੈਨੂੰ ਚੀਜ਼ਾਂ ਲੈ ਕੇ ਦਾਂਗੇ, ਠੀਕ ਆ। ਹਾਂ ਪੱਕਾ ਦੋਗੇ ਨਾ? ਹਾਂ ਪੱਕਾ ਦਾਂਗੇ ਲੈ ਕੇ, ਪੱਕਾ ਪੱਕਾ ਲੈ ਕੇ ਦਾਂਗੇ ਆਪਣੇ ਪੁੱਤ ਨੂੰ, ਠੀਕ ਆ। ਠੀਕ, ਚੱਲ ਪੁੱਤ ਖੇਡ ਤੂੰ ਆਪਣੀ ਭੈਣ ਨਾਲ, ਚੰਗਾ ਚੱਲ ਉੱਠ ਆਪਣੀ ਭੈਣ ਨਾਲ ਖੇਡ ਤੂੰ। ਕੀ ਕਰੀਏ ਮਾਸੀ ਜੀ, ਤੁਹਾਡੇ ਕੋਲ ਕਿਹੜਾ ਕੋਈ ਲੁਕਾਅ ਵਾ? ਅੱਜ ਤਾਂ ਨਿੱਕੇ ਨਿੱਕੇ ਨਿਆਣੇ ਚੀਜ਼ਾਂ ਮੰਗਦੇ ਆ ਨਾ, ਅਤੇ ਬੜਾ ਹੀ ਤਰਸ ਆਉਂਦਾ ਵਾ। ਕੀ ਕਰਾਂ ਮੈਂ ਵੀ, ਇਹ ਸਦਾ ਦਿਨ ਸਾਡੇ 'ਤੇ ਇੱਦਾਂ ਦੇ ਰਹਿਣਗੇ, ਬੜੀ ਟੈਨਸ਼ਨ ਵਾ ਮਨ 'ਤੇ। ਅਤੇ ਕਿਤੇ ਤੁਸੀਂ ਇਹਨਾਂ ਨੂੰ ਸਮਝਾ ਕੇ ਵੇਖ ਲਓ, ਜੇ ਕਿਤੇ ਸਮਝ ਜਾਂਦੇ ਹੋਣ ਤਾਂ। ਬਹੁ ਮੈਂ ਤਾਂ ਅੱਗੇ ਨਾ ਬੜੀ ਵਾਰੀ ਮੱਥਾ ਮਾਰਿਆ, ਹੁਣ ਇਹ ਜਦੋਂ ਉਹਨੂੰ ਆਪਣੇ ਆਪ ਸ਼ਰਮ ਹੀ ਨਹੀਂ, ਨਾ ਉਹ ਆਪਣੇ ਬੱਚੇ ਵੇਂਦਾ, ਨਾ ਆਪਣੀ ਮਾਂ ਵੱਲ ਵੇਂਦਾ, ਅਤੇ ਨਾ ਘਰ ਦੀ ਵੱਲ ਵੇਂਦਾ। ਵੀ ਮੈਂ ਕਿਹੜੇ ਕੰਮ ਕਰਨ ਡਿਆ ਤਾਂ ਮੇਰੀ ਘਰ ਦੀ ਕਿੱਧਰ ਨੂੰ ਫਿਰਨ ਡਈ ਹੈ? ਅੱਗੇ ਭੈਣ ਵੀ ਇਹੋ ਵਿਚਾਰੀ ਖਪਣ ਡਈ ਸੀ ਵੀ ਕੁੜੀ ਹੈ ਤਾਂ ਉਹਨੂੰ ਹੁਣ ਸਕੂਲੋਂ ਹਟਾ ਲਿਆ। ਮੈਂ ਤਾਂ ਇਹੋ ਪੁੱਤ ਕਰ ਸਕਦੀ ਹਾਂ ਵੀ ਜੇ ਤੁਸੀਂ ਆਖੋ ਤਾਂ ਕੁੜੀ ਨੂੰ ਮੇਰੇ ਨਾਲ ਘਲਾ ਦਿਉ, ਉੱਥੇ ਇਹਨੂੰ ਮੈਂ ਪੜ੍ਹਾ ਲਿਖਾ ਸਕਦੀ ਹਾਂ, ਇੰਨਾ ਕੁ ਮੈਂ ਤੁਹਾਡੇ ਨਾਲ ਭਾਰ ਵੰਡ ਸਕਦੀ ਹਾਂ। ਖਰਚੇ ਖੁਣਾ ਹੀ ਹਟਾਈ ਆ, ਮੈਨੂੰ ਕਿਹੜਾ ਚਾਅ ਚੜਿਆ ਸੀ ਵੀ ਉਹਨੂੰ ਮੈਂ ਹਟਾ ਲਾਂ? ਨਿਆਣੇ ਤਾਂ ਨਿਆਣੇ ਹੀ ਆ ਨਾ, ਉਹ ਤਾਂ ਚੀਜ਼ਾਂ ਮੰਗਦੇ ਹੀ ਆ, ਉਹਨਾਂ ਨੂੰ ਇਹ ਥੋੜ੍ਹੀ ਪਤਾ ਵਾ ਵੀ ਇੱਦਾਂ ਕੋਈ ਪੈਸਾ ਹੈ ਨਹੀਂ, ਇਹ ਚਾਹੇ ਕੋਈ ਕੰਮ ਕਾਰ ਨਹੀਂ ਕਰਦਾ ਮੇਰਾ ਪਿਓ, ਉਹਨਾਂ ਨੂੰ ਤਾਂ ਚੀਜ਼ਾਂ ਮੰਗਣੀਆਂ ਹੀ ਆ ਨਾ, ਲੋਕਾਂ ਵੱਲ ਵੇਖ ਵੇਖ ਕੇ ਮੰਗਦੇ, ਉਹ ਵੀ ਸੱਚੇ ਆ। ਭੈਣ ਮੈਂ ਅੱਗੇ ਵੀ ਤੈਨੂੰ ਆਖਿਆ ਸੀ, ਤੁਸੀਂ ਦੋਵੇਂ ਨੂੰ ਸਲਾਹ ਕਰ ਲਓ ਅਤੇ ਕੁੜੀ ਨੂੰ ਮੇਰੇ ਨਾਲ ਘਲਾ ਦਿਉ, ਅਤੇ ਮੈਂ ਕੁੜੀ ਨੂੰ ਆਪਣੇ ਕੋਲ ਲੈ ਜਾਂਦੀ ਹਾਂ, ਉੱਥੇ ਨੂੰ ਪੜ੍ਹਾ ਲਿਖਾ ਦਿੰਦੀ ਹਾਂ, ਮੈਂ ਤਾਂ ਇੰਨਾ ਕੁਛ ਕਰ ਸਕਦੀ ਹਾਂ। ਜਿੱਦਾਂ ਤੇਰੀ ਮਾਸੀ ਕਹਿਣ ਡਈ ਹੈ ਵੀ ਤੇਰੀ ਕੀ ਸਲਾਹ ਵਾ? ਵੇਖ ਲਓ ਜਿੱਦਾਂ ਤੁਹਾਨੂੰ ਸਹੀ ਲੱਗਦਾ। ਲੈ ਜਾਓ ਫਿਰ ਤੁਸੀਂ ਭੈਣ ਜੀ, ਪੜ੍ਹਾ ਪੜ੍ਹੂ ਦਿਓ ਉਹਨੂੰ, ਇਹ ਵੀ ਤੂੰ ਪੁੰਨ ਦਾ ਹੀ ਕੰਮ ਕਰੇਂਗੀ, ਜੇ ਧੀ ਪੜ੍ਹ ਲਿਖ ਜਾਏਗੀ ਚਲੋ ਚੰਗੇ ਘਰ ਕਿਤੇ ਵਿਆਹੀ ਜਾਏਗੀ। ਆਹ ਕੋਈ ਨੀ, ਠੀਕ ਆ, ਤੁਸੀਂ ਕਰੋ ਤਿਆਰ ਕੁੜੀ ਨੂੰ ਤੇ ਮੈਂ ਨਾਲ ਲੈ ਜਾਂਦੀ ਹਾਂ। ਕੋਈ ਨੀ, ਕੁੜੀ ਦਾ ਜੀ ਲੱਗ ਜੂਗਾ ਉੱਥੇ। ਲੱਗ ਜਾਏਗਾ ਜੀ ਉਹਦਾ ਉੱਥੇ, ਉੱਥੇ ਪ੍ਰੀਤ ਵੀ ਹੈਗੀ ਹੈ, ਦੋਵਾਂ ਭੈਣਾਂ ਨੇ ਖੇਡਦੀਆਂ ਰਹਿਣਾ ਵਾ। ਚਲੋ ਠੀਕ ਆ, ਕਰ ਦਿੰਦੀ ਮੈਂ ਤਿਆਰ। ਸੰਦੀਪ ਆ ਜਾ ਖੇਡੀਏ, ਕੀ ਕਿਤਾਬਾਂ 'ਚ ਵੜੀ ਰਹਿਣੀ ਆ? ਆਪ ਤੇ ਪੜ੍ਹਨਾ ਨੀ, ਮੈਨੂੰ ਪੜ੍ਹ ਲੈਂਦੇ ਹਾਂ, 24 ਘੰਟੇ ਤੇਰਾ ਖੇਡਾਂ 'ਚ ਧਿਆਨ ਰਹਿੰਦਾ ਆ। ਹੁਣ ਮੈਂ ਕਰਾਂਗੇ ਕੀ, ਖੇਡੀਏ? ਨਹੀਂ ਮੈਂ ਨਹੀਂ ਖੇਡਣਾ, ਮੈਂ ਪੜ੍ਹਨਾ ਆ। ਮੈਂ ਖੇਡਣਾ ਵਾ। ਸੰਦੀਪ ਪੜ੍ਹ ਡਈ ਆ ਮੇਰੀ ਧੀ? ਹਾਂਜੀ। ਇੱਕ ਗੱਲ ਸੁਣ, ਹਾਂ ਸੁਣੇਗਾ ਮੇਰੇ ਪੁੱਤ? ਸੁਣਾ। ਉਹ ਨਾ ਮਾਸੀ ਆਈ ਆ, ਉਹ ਕਹਿੰਦੀ ਆ ਵੀ 4 ਕੁ ਦਿਨ ਮੈਂ ਇਹਨੂੰ ਲੈ ਜਾ ਸੰਦੀਪ ਵਾਂਡੇ, ਸੰਦੀਪ ਨੂੰ ਤੇ ਰਹਿ ਮਹਿੰਗੀ ਤੂੰ 4 ਦਿਨ? ਹਾਂਜੀ ਰਹਿ ਆਉਂਗੀ। ਅੱਛਾ,
ਤੇ ਜਦੋਂ ਤੇਰਾ ਜੀ ਕਰੂਗਾ ਨਾ ਤੇ ਉਦੋਂ ਮੈਂ ਤੈਨੂੰ ਮਿਲਣ ਆ ਜਾਊਂਗੀ। ਪਰ ਅੰਮਾ ਮੈਂ ਜ਼ਿਆਦਾ ਦਿਨ ਨਹੀਂ ਰਹਿਣਾ। ਕਿਉਂ? ਮੇਰਾ ਜੀ ਨਹੀਂ ਲੱਗਣਾ ਤੁਹਾਡੇ ਬਿਨਾਂ। ਕੋਈ ਨਹੀਂ ਪੁੱਤ, ਜਦੋਂ ਤੇਰਾ ਨਾ ਜੀ ਲੱਗੂਗਾ ਉਦੋਂ ਤੈਨੂੰ ਮੈਂ ਮਿਲਣ ਆ ਜਾਊਂਗੀ। ਚੰਗਾ, ਮੈਂ ਪੱਕਾ ਥੋੜ੍ਹਾ ਜਾਣਾ, ਮੈਂ ਚਾਰ ਦਿਨਾਂ ਵਾਸਤੇ ਜਾਣਾ ਵਾ। ਮੰਮਾ ਜੀ ਮੈਂ ਵੀ ਜਾਣਾ ਵਾਂਡੇ, ਮੈਂ ਕਦੀ ਨਹੀਂ ਗਿਆ। ਨਹੀਂ ਪੁੱਤ ਤੂੰ ਨਹੀਂ ਜਾਣਾ। ਮੈਂ ਜਾਣਾ ਮੰਮੀ। ਫਿਰ ਤੇਰੇ ਤੋਂ ਬਗੈਰ ਮੇਰਾ ਨਹੀਂ ਜੀ ਲੱਗਣਾ। ਯਾਰ ਕਿ ਇੱਥੇ ਮੇਰੇ ਨਾਲ ਕੋਈ ਖੇਡਦਾ ਨਹੀਂ ਹੈ ਤੇ ਉੱਤੋਂ ਮੈਨੂੰ ਕੋਈ ਵਾਂਡੇ ਵੀ ਨਹੀਂ ਲੱਗ ਜਾਂਦਾ ਫਿਰ। ਆਪਾਂ ਫਿਰ ਮਾਂ ਪੁੱਤ ਸੋਇਆ ਕਰਾਂਗੇ। ਚੰਗਾ, ਮੈਂ ਨਹੀਂ, ਮੈਂ ਜਾਣਾ ਵਾ। ਤੈਨੂੰ ਪਤਾ ਨਾ ਮੈਨੂੰ ਤੇਰੇ ਤੋਂ ਬਗੈਰ ਨੀਂਦ ਨਹੀਂ ਆਉਂਦੀ। ਮੈਂ ਜਾਣਾ ਵਾ। ਕੋਈ ਨਹੀਂ, ਤੈਨੂੰ ਮੈਂ ਮਗਰੋਂ ਖੜ ਕੇ ਤੇ ਮਿਲਾ ਲਿਆਉਂਗੀ ਇਹਨੂੰ। ਚੰਗਾ, ਇਹਨੂੰ ਕਲਾ ਦਈਏ ਆਪਾਂ ਤਿਆਰ ਕਰਕੇ। ਚੱਲ ਉੱਠ ਮੇਰਾ ਪੁੱਤ, ਤੂੰ ਤਿਆਰ ਹੋ ਜਾ। ਹੈ ਠੀਕ, ਤੈਨੂੰ ਮੈਂ ਲੈ ਕੇ ਜਾਊਂਗੀ ਮਗਰੋਂ। ਚੰਗਾ, ਏਦਾਂ ਨਹੀਂ ਕਰੀਦਾ ਹੁੰਦਾ, ਰੁੱਸੀਦਾ ਨਹੀਂ ਆ। ਸੰਦੀਪ ਨਾ ਜਾ ਯਾਰ, ਅਸੀਂ ਖੇਡਾਂਗੇ ਦੋਵੇਂ ਇੱਥੇ, ਉੱਥੇ ਜਾ ਕੇ ਕੀ ਕਰਨਾ ਤੂੰ? ਮੇਰੀ ਮੰਨਦਾ ਹੀ ਨਹੀਂ ਆ ਗੱਲ। ਮੰਨਦਾ ਕਿਉਂ ਨਹੀਂ? ਉਹਨੇ ਮੁੜ ਕੇ ਆ ਹੀ ਜਾਣਾ ਵਾ ਇੱਥੇ। ਆਪਾਂ ਥੋੜੇ ਕੁ ਦਿਨਾਂ ਬਾਅਦ ਆਪਾਂ ਮਿਲ ਆਵਾਂਗੇ ਉਹਨੂੰ। 4 ਦਿਨ ਥੋੜੇ ਹੁੰਦੇ ਆ ਵੀ। ਕੋਈ ਨਹੀਂ ਪੁੱਤ, ਇੱਥੇ ਮੈਂ ਉਹਨਾਂ ਮੁੰਡਿਆਂ ਨੂੰ ਕਹੂੰਗੀ ਵੀ ਇਹਨੂੰ ਨਾਲ ਖਡਾ ਲਿਆ ਕਰੋ। ਚੰਗਾ, ਮੈਂ ਆਪ ਕਹਿ ਕੇ ਆਊਂ। ਮੈਨੂੰ ਮਖੌਲ ਕਰਨਾ ਵਾ? ਨਹੀਂ ਕਰਦੇ ਪੁੱਤ, ਨਹੀਂ ਕਰਦੇ ਮਖੌਲ, ਮੈਂ ਕਹਿ ਕੇ ਆਊਂਗੀ ਉਹਨਾਂ ਨੂੰ। ਚੰਗਾ, ਤੇ ਫਿਰ ਮੈਨੂੰ ਵੀ ਕੋਈ ਚੀਜ਼ ਲਿਆ ਦਿਓ ਉਹਨਾਂ ਨੂੰ, ਫਿਰ ਮੈਂ ਦਿਖਾਊਂਗਾ ਉਹ ਵੀ ਛੱਡੂਗੇ। ਲਿਆ ਦਾਂਗੇ, ਲਿਆ ਦਾਂਗੇ, ਜਿਹੜੀ ਚੀਜ਼ ਮੰਗੇਗੇ ਉਹ ਲਿਆਣ ਕੇ ਦੇਵਾਂਗੇ। ਹਾਂ ਪੱਕਾ। ਆ ਲੈ ਫੜ ਚਾਹ, ਤੇ ਨਾਲੇ ਗੱਲ ਸੁਣ ਮੇਰੀ। ਹਾਂਜੀ। ਕੱਲਾ ਆ ਜਾਣਾ ਵਾ, ਦੋ ਜਣੇ ਆਇਆ ਕਰੋ ਤੇ ਕੰਮ ਛੇਤੀ ਨਿਬੜਦਾ ਵਾ। ਦੂਜੀ ਗੱਲ, 11 ਵਜੇ ਤੂੰ ਆਇਆ, 1 ਵਜੇ ਰੋਟੀ ਮੰਗਣ ਡੈ ਪੈਣਾ, ਫਿਰ ਖਾ ਪੀ ਕੇ ਸਿੱਧਾ ਲੰਮਾ ਪੈ ਜਾਣਾ ਵੀ ਮੈਂ ਰੈਸਟ ਕਰਨੀ ਆ, ਤੇ ਕੰਮ ਕਿਹੜੇ ਵੇਲੇ ਕਰਨਾ ਵਾ? ਠੀਕ ਆ, ਕੱਲ ਨੂੰ ਟਾਈਮ ਦੇ ਨਾਲ ਆਉਣਾ ਤੇ ਦੋਵਾਂ ਦਿਨਾਂ ਦੇ ਵਿੱਚ ਵਿੱਚ ਕੰਮ ਨਿਬੇੜੋ। ਠੇਕਾ ਤੁਸੀਂ ਕਰ ਲੈਂਦੇ ਹੋ, ਤੁਸੀਂ ਤਾਂ ਠੇਕਾ ਕਰ ਲੈਂਦੇ ਵੀ ਚੱਲ ਹੌਲੀ ਹੌਲੀ ਲੱਗੇ ਰਵਾਂਗੇ, ਤੇ ਘਰ ਵਾਲੇ ਗੁੜਗੁੜੇ ਗਰਮੀ ਆ, ਸਲੱਬੀਆਂ ਖਾਣ ਦੇ ਚੱਕਰਾਂ ਦੇ ਵਿੱਚ ਦੂਜਿਆਂ ਨੂੰ ਵੀ ਮਾਰਦੇ ਆ। ਕੰਮ ਤੇ ਭਰੋਸੇ ਜਾਣਾ ਨਾ, ਜਿੱਦਾਂ ਤੁਸੀਂ ਗਿਣ ਗਿਣ ਪੈਸੇ ਦੇਣ ਦੇ, ਸਸ ਤੁਹਾਡੀ ਦੇਣ ਦੀ ਆ, ਦੱਸੋ ਨਹੀਂ ਕਰੀਏ। ਪੈਸੇ ਪੂਰੇ ਹੀ ਦੇਵਾਂਗੇ, ਪੈਸੇ ਦੇ ਦੇ ਕੰਮ ਨਾ, ਪਰ ਕੰਮ ਦੋਵਾਂ ਦੇ ਵਿੱਚ ਨਿਪੜਨਾ ਚਾਹੀਦਾ ਵਾ। ਕੰਮ ਦੋ ਨੂੰ ਚਾਰ ਬੰਦੇ ਆਣਗੇ, ਕੋਈ ਗੱਲ ਨਹੀਂ ਗੀ। ਚਾਰ ਬੰਦੇ ਲੈ ਆਵੀਂ, ਜਿੰਨੇ ਮਰਜ਼ੀ ਲੈ ਆਵੀਂ, ਪਰ ਦੋ ਦਿਨ ਚ ਕੰਮ ਨਿਬੇੜ। ਆ ਰੋਜ਼ ਰੋਜ਼ ਦਾ ਲੰਗਰ ਮੇਰੇ ਕੋ ਨਹੀਂ ਪੱਕਦਾ। ਦੱਸ ਆ ਕੇ ਮੇਰੇ ਦੁਆਲੇ ਹੋ ਜਾਂਦੇ ਆ, ਮੈਂ ਬੰਦਾ ਕਿ ਜਿਸੇ ਵੀ ਆ, ਪੁੱਟਿਆ ਪੁੱਟਿਆ ਜਾਣਾ, ਹੱਦ ਹੋ ਗਈ ਆ। ਰੋਟੀ ਦਾ ਤਾਂ ਮੈਨੂੰ ਉਵੇਂ ਸੁਣਾਉਣ ਡੀ ਜਿੱਦਾਂ ਚੰਗਾ ਮਟਰ ਪਨੀਰ ਖਵਾ ਲੈਣਾ ਹੁੰਦਾ ਇਹਨਾਂ ਨੇ, ਖਵਾ ਲੈਣੀ ਤਾਂ ਦਾਲ ਜਾਂ ਆਲੂ ਦੀ ਤਰੀ ਹੁੰਦੀ, ਹੋਰ ਪਾ ਨਹੀਂ ਕੀ ਇਹਨਾਂ ਨੇ ਖਵਾ ਲੈਣਾ ਹੁੰਦਾ। ਬੰਦਾ ਪੁੱਛੇ ਹੱਦ ਹੋ ਗਈ ਆ, ਰੋਟੀ ਦਾ ਮਤਲਬ ਸੁਣਾਉਣ ਡੇ ਨੇ। ਕੀ ਕਰਾਂ, ਸੱਚੀ ਗੱਲ ਤਾਂ ਮੈਂ ਆਪਣੀ ਧੀ ਨੂੰ ਦੱਸੀ ਨਹੀਂ ਗੀ। ਹੋ ਸਕਦਾ ਜੇ ਮੈਂ ਸੱਚੀ ਗੱਲ ਦੱਸ ਦੇਵਾਂ ਤੇ ਇਹ ਜਾਣ ਤੋਂ ਮਨਾ ਹੀ ਕਰ ਦੇਵੇ। ਚੱਲ ਅੱਛਾ, ਇਹ ਵੀ ਦਿਲ 'ਤੇ ਪੱਥਰ ਰੱਖਣਾ ਹੀ ਪੈਣਾ। ਮੈਂ ਤੁਸੀਂ ਰੋਣ ਕਿਉਂ ਡੇ ਜੇ? ਨਹੀਂ ਪੁੱਤ, ਉੱਦਾਂ ਹੀ ਮੈਂ ਰੋਣ ਨਹੀਂ ਡੇ। ਆਹ ਲੈ ਮੇਰੇ ਪੁੱਤ, ਆਹ ਪਾ ਲਾ। ਚੰਗਾ ਠੀਕ ਹਾਂ। ਚੱਲ ਅੱਛਾ, ਜੇ ਝੂਠ ਮਾਰਿਆ ਇਹਦੀ ਜ਼ਿੰਦਗੀ ਸਵਾਰੀ ਜਾਵੇ ਨਾ ਤਾਂ ਹੋਰ ਕੀ ਚਾਹੀਦਾ ਸਾਨੂੰ। ਚੱਲ ਆ ਸੰਦੀਪ, ਪੁੱਤ ਚੱਲੀਏ। ਹੈਲੋ ਮਾਸੀ ਜੀ ਦੇ ਕੱਪੜੇ। ਸਿੰਘਾ ਪੁੱਤ, ਉੱਥੇ ਜੀ ਲਾ ਕੇ ਤੇ ਰਹੀ। ਚੰਗਾ, ਬੜੀਆਂ ਚੀਜ਼ਾਂ ਉੱਥੇ ਮਿਲਣੀਆਂ ਤੈਨੂੰ ਖਾਣ ਵਾਸਤੇ, ਖੇਡਣ ਵਾਸਤੇ। ਚੰਗਾ ਠੀਕ। ਆਹੋ ਮਾਸੀ ਤੇਰੀ ਲੈ ਕੇ ਦੇਗੀ। ਭੈਣ ਤੂੰ ਵੀ ਹੁਣ ਖਿਆਲ ਰੱਖਣਾ ਹੀ ਇਹਦਾ। ਕੋਈ ਗੱਲ ਨਹੀਂ, ਇਹ ਤੇਰੀ ਨਹੀਂ, ਮੇਰੀ ਵੀ ਨਹੀਂ ਆ, ਮੇਰੇ ਨਾਲ ਵੀ ਕੁਛ ਵੀ ਕੋਈ ਗੱਲ ਨਹੀਂ।